ਕੇਜਰੀਵਾਲ ਦਾ ਮੁੱਦਾ ਮੁੜ ਗਰਮਾਇਆ ਤੇ ਮੁੜ ਇਸ ਮੁੱਦੇ ਤੇ ਸਿਆਸਤ ਜਿਹੜੀ ਹੈਗੀ ਇਹ ਸ਼ੁਰੂ ਹੋ ਗਈ ਹੈ। ਤਾਂ ਅੱਜ ਅਰਵਿੰਦ ਕੇਜਰੀਵਾਲ ਤੇ ਸੀਐਮ ਭਗਵੰਤ ਮਾਨ ਹਿਸਾਰ ਪੁੱਜੇ ਸੀ ਤਾਂ ਉੱਥੇ ਸਵਾਲ ਹੋਇਆ ਸੀਗਾ ਅਰਵਿੰਦ ਕੇਜਰੀਵਾਲ ਨੂੰ ਐਸਵਾਈਐਲ ਦੇ ਮੁੱਦੇ ਤੇ ਲੈ ਕੇ, ਤਾਂ ਕੇਜਰੀਵਾਲ ਦੇ ਵੱਲੋਂ ਵਿਰੋਧੀਆਂ ਤੇ ਜਿਹੜਾ ਹੈਗਾ ਨਿਸ਼ਾਨਾ ਸਾਧਿਆ ਗਿਆ। ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਪੰਜਾਬ ਅਤੇ ਹਰਿਆਣਾ ਦੇ ਕਾਂਗਰਸ ਅਤੇ ਭਾਜਪਾ ਸਾਨੂੰ ਦੱਸੇ ਕਿ ਉਹਨਾਂ ਦਾ ਇਸ ਮੁੱਦੇ ਦੇ ਉੱਪਰ ਕੀ ਸਟੈਂਡ ਹੈ। ਉਹ ਕਹਿੰਦੇ ਕਿ ਜਦੋਂ ਪੰਜਾਬ ਦੇ ਵਿੱਚ ਹੁੰਦੇ ਨੇ ਤਾਂ ਕਹਿ ਦਿੰਦੇ ਨੇ ਕਿ ਐਸਵਾਈਐਲ ਅਸੀਂ ਬਣ ਨਹੀਂ ਦੇਣੀ, ਤੇ ਜਦੋਂ ਹਰਿਆਣੇ ਦੇ ਵਿੱਚ ਹੁੰਦੇ ਨੇ ਤਾਂ ਕਹਿੰਦੇ ਨੇ ਕਿ ਅਸੀਂ ਪਾਣੀ ਜਿਹੜਾ ਹੈਗਾ ਐਸਵਾਈਐਲ ਤੋਂ ਲੈ ਕੇ ਰਹਾਂਗੇ। ਤਾਂ ਨਿਸ਼ਾਨਾ ਜਿਹੜਾ ਹੈਗਾ ਅਰਵਿੰਦ ਕੇਜਰੀਵਾਲ ਨੇ ਸਾਧਿਆ ਵਿਰੋਧੀਆਂ ਤੇ ਕਿ ਵਿਰੋਧੀ ਪਹਿਲਾਂ ਖੁਦ ਦੱਸਣ ਕਿ ਉਹਨਾਂ ਦਾ ਇਸ ਮੁੱਦੇ ਦੇ ਉੱਪਰ ਜਿਹੜਾ ਹੈ ਕੀ ਸਟੈਂਡ ਹੈ। ਤੇ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਆਖੀ ਹੈ ਕਿ ਕੇਂਦਰ ਦੀ ਜ਼ਿੰਮੇਵਾਰੀ ਬਣਦੀ ਹੈ ਦੋਵਾਂ ਸਟੇਟਾਂ ਨੂੰ ਪਾਣੀ ਦੇਣਾ, ਕਿਉਂਕਿ ਦੋਨਾਂ ਸਟੇਟਾਂ ਦੇ ਵਿੱਚ ਹੀ ਪਾਣੀ ਦੀ ਕਿੱਲਤ ਹੈਗੀ ਹੈ, ਪਾਣੀ ਦਾ ਪੱਧਰ ਜਿਹੜਾ ਹੈਗਾ ਦੋਵਾਂ ਸੂਬਿਆਂ ਦੇ ਵਿੱਚ ਹੀ ਨੀਵਾਂ ਜਾ ਰਿਹਾ। ਤਾਂ ਇਸ ਕਰਕੇ ਕੇਂਦਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਦੋਨਾਂ ਸਟੇਟਾਂ ਨੂੰ ਪਾਣੀ ਦੇਵੇ ਤੇ ਇਸ ਮੁੱਦੇ ਦਾ ਜਿਹੜਾ ਹੈਗਾ ਹੱਲ ਕਰੇ। ਹਾਲਾਂਕਿ ਉਹਨਾਂ ਨੇ ਕਿਹਾ ਕਿ ਇਸ ਮੁੱਦੇ ਨੂੰ ਹੱਲ ਕਰਨ ਦੀ ਬਜਾਏ ਇਸ 'ਤੇ ਜਿਹੜੀ ਹੈ ਸਿਆਸਤ ਹੋ ਰਹੀ ਹੈ, ਗੰਦੀ ਸਿਆਸਤ ਇਸ ਮੁੱਦੇ 'ਤੇ ਹੋ ਰਹੀ ਹੈ। ਅਤੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਇਹ ਗੱਲ ਆਖੀ ਹੈ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲ ਇਸ ਮੁੱਦੇ ਦਾ ਹੱਲ ਨਹੀਂ ਹੈਗਾ, ਇਸ ਮਸਲੇ ਦਾ ਹੱਲ ਨਹੀਂ ਹੈਗਾ, ਤਾਂ ਮੈਨੂੰ ਦੱਸਣ, ਮੈਂ ਹੱਲ ਦਿਆਂਗਾ, ਮੈਂ ਹੱਲ ਕੱਢ ਕੇ ਦਿਆਂਗਾ। ਅਰਵਿੰਦ ਕੇਜਰੀਵਾਲ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਪੀਐਮ ਮੋਦੀ ਮੈਨੂੰ ਚਾਹ ਤੇ ਬੁਲਾਉਣ, ਮੈਂ ਹੱਲ ਕੱਢ ਕੇ ਦਿਆਂਗੇ ਕਿ ਆਖਿਰ ਇਸ ਮੁੱਦੇ ਦਾ ਹੱਲ ਕੀ ਹੈ। ਤਾਂ ਇਹ ਗੱਲਾਂ ਜਿਹੜੀਆਂ ਹੈਗੀਆਂ ਅੱਜ ਹਿਸਾਰ ਦੇ ਵਿੱਚ ਪੁੱਜੇ ਸਨ ਅਰਵਿੰਦ ਕੇਜਰੀਵਾਲ, ਉੱਥੇ ਇਹ ਗੱਲਾਂ ਕਹੀਆਂ ਗਈਆਂ। ਤਾਂ ਉੱਧਰ ਭਗਵੰਤ ਮਾਨ ਵੀ ਨਾਲ ਮੌਜੂਦ ਸੀਗੇ, ਤਾਂ ਭਗਵੰਤ ਮਾਨ ਨੇ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਕੇਂਦਰ 'ਤੇ ਨਿਸ਼ਾਨਾ ਸਾਧਿਆ। ਉਹਨਾਂ ਨੇ ਕਿਹਾ ਕਿ ਕੇਂਦਰ ਦੋਵਾਂ ਸੂਬਿਆਂ ਨੂੰ ਲੜਾਉਣ ਦੀ ਬਜਾਏ ਇਸ ਦਾ ਹੱਲ ਕੱਢੇ, ਇਹ ਗੱਲ ਆਖੀ ਗਈ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ। ਹਾਲਾਂਕਿ ਸੁਪਰੀਮ ਕੋਰਟ ਦੇ ਵੱਲੋਂ ਵੀ ਜਿਹੜਾ ਹੈਗਾ ਫਟਕਾਰ ਲਗਾਈ ਗਈ ਸੀ ਪੰਜਾਬ ਨੂੰ, ਕਿ ਕਿਉਂਕਿ ਕੇਂਦਰ ਨੇ ਆਖ ਦਿੱਤਾ ਸੀ ਕਿ ਪੰਜਾਬ ਸਾਨੂੰ ਇਸ ਮਾਮਲੇ ਦੇ ਉੱਪਰ ਇਸ ਮਸਲੇ 'ਤੇ ਕੋਈ ਸਹਿਯੋਗ ਨਹੀਂ ਦਿਆ। ਇਸ ਕਰਕੇ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਕਿ ਮੀਟਿੰਗ ਹੋਣੀ ਚਾਹੀਦੀ ਹੈ ਦੋਵਾਂ ਸੂਬਿਆਂ ਦੇ ਵਿੱਚ, ਮੀਟਿੰਗ ਤੋਂ ਬਾਅਦ ਕੀ ਹੱਲ ਨਿਕਲਦਾ ਹੈ ਸਾਨੂੰ ਦੱਸਣਾ ਚਾਹੀਦਾ ਹੈ, ਇੱਕ ਮਹੀਨਿਆਂ ਦੇ ਵਿੱਚ ਜਿਹੜੀ ਹੈਗੀ ਰਿਪੋਰਟ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਉੱਪਰ ਜ਼ਰੂਰ ਮੰਗੀ ਹੈ। ਤਾਂ ਉੱਧਰ ਸੀਐਮ ਭਗਵੰਤ ਮਾਨ ਨੇ ਵੀ ਆਖ ਦਿੱਤਾ ਕਿ ਅਸੀਂ ਮੀਟਿੰਗ ਕਰਨ ਦੇ ਲਈ ਹਰਿਆਣੇ ਦੇ ਨਾਲ ਬਿਲਕੁਲ ਤਿਆਰ ਹੈਗੇ ਹਾਂ। ਤਾਂ ਉੱਧਰ ਜੇਕਰ ਅਸੀਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਵੀ ਆਖ ਦਿੱਤਾ ਕਿ ਅਸੀਂ ਮੀਟਿੰਗ ਦੇ ਵਿੱਚ ਜ਼ਰੂਰ ਸ਼ਾਮਲ ਹੋਵਾਂਗੇ, ਸਾਡੇ ਮੁੱਖ ਮੰਤਰੀ ਸ਼ਾਮਲ ਹੋਣਗੇ, ਪਰ ਸਾਡੇ ਕੋਲ ਹਰਿਆਣੇ ਦੇ ਲਈ ਇੱਕ ਵੀ ਬੂੰਦ ਨਹੀਂ ਹੈਗੀ ਆ। ਤਾਂ ਤੁਹਾਨੂੰ ਦੱਸ ਦਈਏ ਕਿ ਐਸਵਾਈਐਲ ਦਾ ਮੁੱਦਾ ਅਕਸਰ ਹੀ ਗਰਮਾਉਂਦਾ ਅਤੇ ਅਕਸਰ ਹੀ ਇਸ ਮਸਲੇ ਦੇ ਉੱਪਰ ਜਿਹੜੀ ਹੈ ਕਿ ਸਿਆਸਤ ਵੀ ਜ਼ਰੂਰ ਪੱਖਦੀ ਹੈ। ਲੰਬੇ ਸਮੇਂ ਤੋਂ ਇਹ ਮਸਲਾ ਜਿਹੜਾ ਹੈਗਾ ਹੱਲ ਹੁੰਦਾ ਨਜ਼ਰ ਨਹੀਂ ਆਉਂਦਾ, ਪਰ ਸਿਆਸਤ ਇਸ ਮੁੱਦੇ ਦੇ ਉੱਪਰ ਜ਼ਰੂਰ ਪੱਖਦੀ ਹੈ, ਹਰਿਆਣਾ ਦੇ ਵਿੱਚ ਪੱਖਦੀ ਹੈ ਅਤੇ ਨਾਲ ਹੀ ਜਿਹੜਾ ਹੈਗਾ ਪੰਜਾਬ ਦੇ ਵਿੱਚ ਵੀ ਪੱਖਦੀ ਹੈ। ਤਾਂ ਹੁਣ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਸਵਾਲ ਜਿਹੜੇ ਵਿਰੋਧੀ ਨੂੰ ਘੇਰੇ ਗਏ ਨੇ, ਵਿਰੋਧੀ ਘੇਰੇ ਗਏ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਸ ਮੁੱਦੇ ਨੂੰ ਲੈ ਕੇ। ਦੂਜੇ ਪਾਸੇ ਵੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਵੀ ਇਸ ਮੁੱਦੇ 'ਤੇ ਲੈ ਕੇ ਜਿਹੜਾ ਜ਼ਰੂਰ ਘਿਰੀ ਹੋਈ ਹੈ, ਕਿਉਂਕਿ ਆਪ ਦੇ ਸੰਸਦ ਦੇ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਹਰਿਆਣੇ ਦੇ ਵਿੱਚ ਅਸੀਂ ਐਸਵਾਈਐਲ ਦਾ ਪਾਣੀ ਲੈ ਕੇ ਆਵਾਂਗੇ। ਇਸ ਕਰਕੇ ਆਮ ਆਦਮੀ ਪਾਰਟੀ ਵੀ ਜਿਹੜਾ ਇਸ ਮੁੱਦੇ ਨੂੰ ਲੈ ਕੇ ਜ਼ਰੂਰ ਘਿਰੀ ਹੋਈ ਹੈ। ਫਿਲਹਾਲ ਸੁਪਰੀਮ ਕੋਰਟ ਦੇ ਵੱਲੋਂ ਜ਼ਰੂਰ ਆਦੇਸ਼ ਜਾਰੀ ਕੀਤੇ ਗਏ ਨੇ ਕਿ ਦੋਵੇਂ ਸੂਬਿਆਂ ਦੇ ਵਿਚਕਾਰ ਇਸ ਮੁੱਦੇ ਨੂੰ ਲੈ ਕੇ ਮੀਟਿੰਗ ਹੋਵੇ ਅਤੇ ਰਿਪੋਰਟ ਵੀ ਜਿਹੜੀ ਹੈ ਸੁਪਰੀਮ ਕੋਰਟ ਨੇ ਮੰਗੀ ਹੈ ਕਿ ਇੱਕ ਮਹੀਨੇ ਦੇ ਵਿੱਚ ਸਾਨੂੰ ਜਿਹੜੀ ਹੈ ਰਿਪੋਰਟ ਸੌਂਪੀ ਜਾਵੇ। ਫਿਲਹਾਲ ਵੇਖਣਾ ਹੋਏਗਾ ਕਿ ਇਸ ਮੁੱਦੇ ਨੂੰ ਲੈ ਕੇ ਦੋਵਾਂ ਸੂਬਿਆਂ ਦੇ ਵਿਚਕਾਰ ਕੀ ਮੀਟਿੰਗ ਹੁੰਦੀ ਹੈ ਅਤੇ ਕੀ ਇਸਦਾ ਸਿੱਟਾ ਨਿਕਲਦਾ। ਅਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਿਲਾਂ ਥੋੜ੍ਹੀਆਂ ਘਟੀਆਂ ਨੇ। ਦੱਸ ਦਈਏ ਕਿ ਹਰਿਆਣਾ ਅਤੇ ਪੰਜਾਬ ਹਾਈਕੋਰਟ ਤੋਂ ਉਹਨਾਂ ਨੂੰ ਰਾਹਤ ਮਿਲੀ ਹੈ, ਜ਼ਮਾਨਤ ਮਿਲ ਗਈ ਹੈ। ਦੱਸ ਦਈਏ ਕਿ ਨਵੀਆਂ ਧਾਰਾਵਾਂ ਵੀ ਉਹਨਾਂ 'ਤੇ ਲਗਾ ਦਿੱਤੀਆਂ ਸਨ ਅਤੇ ਹੁਣ ਉਹ ਨਵੀਆਂ ਧਾਰਾਵਾਂ ਨੂੰ ਲੈ ਕੇ ਵੀ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ। ਬੀਤੇ ਦਿਨੀ ਨਾਭਾ ਜੇਲ੍ਹ ਦੇ ਵਿੱਚ ਉਹ ਬੰਦ ਸਨ, ਬੀਤੇ ਦਿਨੀ ਸਾਹਮਣੇ ਆਇਆ ਸੀ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ, ਪਰ ਉਸ ਤੋਂ ਬਾਅਦ ਨਵੀਆਂ ਜੋ ਧਾਰਾਵਾਂ ਨੇ ਉਹਨਾਂ 'ਤੇ ਲਗਾ ਦਿੱਤੀਆਂ ਗਈਆਂ ਸਨ, ਜਿਸ ਤੋਂ ਬਾਅਦ ਸਾਧੂ ਸਿੰਘ ਧਰਮਸੋਤ ਨੂੰ ਲੱਗਾ ਸੀ ਕਿ ਹੁਣ ਉਹਨਾਂ ਦੀ ਜ਼ਮਾਨਤ ਨਹੀਂ ਹੋਵੇਗੀ ਅਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇਗਾ। ਪਰ ਹੁਣ ਖਬਰ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਨਵੀਆਂ ਧਾਰਾਵਾਂ ਦੇ ਤਹਿਤ ਵੀ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲ ਗਈ ਹੈ। ਲਗਾਤਾਰ ਪੰਜਾਬ ਸਰਕਾਰ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਅਤੇ ਜੋ ਸਾਬਕਾ ਮੰਤਰੀ ਸਨ ਉਹਨਾਂ 'ਤੇ ਲਗਾਤਾਰ ਵਿਜੀਲੈਂਸ ਜੋ ਹੈ ਐਕਸ਼ਨ ਲੈਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਉਹਨਾਂ ਦੇ ਵਿੱਚ ਇੱਕ ਸਾਧੂ ਸਿੰਘ ਧਰਮਸੋਤ ਵੀ ਸਨ। ਦੱਸ ਦਈਏ ਕਿ ਹੁਣ ਸਾਧੂ ਸਿੰਘ ਧਰਮਸੋਤ ਦੀ ਜੋ ਜ਼ਮਾਨਤ ਹੈ ਹੋ ਗਈ ਹੈ ਅਤੇ ਉਸ ਤੋਂ ਬਾਅਦ ਹੁਣ ਉਹਨਾਂ ਦੀਆਂ ਮੁਸ਼ਕਿਲਾਂ ਕਾਫੀ ਘੱਟ ਹੁੰਦੀਆਂ ਹੋਈਆਂ ਨਜ਼ਰ ਆਈਆਂ ਨੇ ਕਾਫੀ। ਦੱਸ ਦਈਏ ਕਿ ਉਹਨਾਂ ਨੂੰ ਉਹਨਾਂ 'ਤੇ ਕਰਪਸ਼ਨ ਦਾ ਮਾਮਲਾ ਦਰਜ ਸੀਗਾ, ਵਿਜੀਲੈਂਸ ਨੇ ਉਹਨਾਂ 'ਤੇ ਕਰਪਸ਼ਨ ਦਾ ਮਾਮਲਾ ਦਰਜ ਕੀਤਾ ਸੀ, ਜੰਗਲਾਤ ਮਹਿਕਮੇ ਦੇ ਵਿੱਚ ਘੁਟਾਲਾ ਕਰਨ ਦੇ ਉਹਨਾਂ 'ਤੇ ਇਲਜ਼ਾਮ ਲੱਗੇ ਸਨ, ਜਿਸ ਤੋਂ ਬਾਅਦ ਕਈ ਧਾਰਾਵਾਂ ਉਹਨਾਂ 'ਤੇ ਲੱਗੀਆਂ ਸਨ ਅਤੇ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵੱਲੋਂ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਈ ਸਾਬਕਾ ਮੰਤਰੀ ਜੋ ਨੇ ਵਿਜੀਲੈਂਸ ਦੀ ਰਡਾਰ 'ਤੇ ਨੇ। ਜੇਕਰ ਗੱਲ ਕੀਤੀ ਜਾਵੇ ਭਾਰਤ ਭੂਸ਼ਣ ਆਸ਼ੂ ਦੀ
कही कांग्रेस वालों भी कहा जा रहा है कि साढ़े ते जो गलत इल्जाम मान सरकार के वालों लगाए जा रहे हैं, तो हुण बस लगातार मान सरकार का यही कहना है कि जो साबका मंत्री सन भावें साढ़े अपने मंत्री सन जो भी करप्शन करेगा या भ्रिष्टाचार करेगा उन्होंने कार्रवाई जो है जरूर की जाएगी। तो हुण अज खबर ये सामने आई है कि धर्मसोत जो ने साबका मंत्री धर्मसोत जो ने उन्होंने जमानत मिल गई है पंजाब अते हरियाणा हाई कोर्ट तो। नमस्कार, मैं संदीप छाबड़ा। देश दे विच सिक्ख्या ढांचे नूं बेहतर करन दे लई केंद्र दे वल्लों अहम उपराला कीता गया। सिक्ख्या मंत्रालय वल्लों पीएम श्री योजना जिहड़ी लियांदी गई सी उस नूं कैबिनेट दे वल्लों मंजूरी दे दित्ती गई है। इस दे तहत देश भर दे विच 14,500 जिहड़े हैगे ने स्कूलों का नवीनीकरण किया जाएगा, जिस दे विच स्कूलों दे विच स्मार्ट क्लासरूम, खेडां अते होर आधुनिक जिहड़े ढांचे नूं बेहतर बनाया जाएगा। जेकर गल की जाए तो पिछले दिन ही अध्यापक दिवस से पीएम नरेंद्र मोदी के वलों सिक्ख्या ढांचे को बेहतर करने की गल आखी गई सी। सिक्ख्या मंत्री का कहना है कि यह योजना 5 सालों के जी है पूरी हो जाएगी। इस दे तहत जिहड़ा हैगा राज्यां दे विच हरेक ब्लाक दे विच दो दो स्कूल जिहड़े ने इस योजना के अधीन लए जाणगे, पर इन्हां दी जिहड़ी मंजूरी है वह राज सरकारां दी सहमति दे नाल लई जाएगी। उन्होंने ये भी कहा कि इस दे नाल सिक्ख्या दे ढांचे दे विच काफ़ी जिहड़ा है सुधार आएगा, तो इस दा फायदा देश दे लखां विद्यार्थियों नूं मिलेगा। जेकर देखा जाए तो पिछले समय के दौरान दिल्ली के मुख्यमंत्री अरविंद केजरीवाल देश के सिक्ख्या नीति को लैके हमेशा सुर्खियों के रहे हैं, तो किधरे न किधरे केंद्र सरकार भी हुण सिक्ख्या नीति को लैके अपना जिहड़ा हैगा रुख स्पष्ट करना चाहती है, ताकि लोगों के विच इह भी मैसेज जा सके कि केंद्र सरकार सिक्ख्या नीति को लैके काफ़ी गंभीर है। गुरदासपुर हस्पताल लगातार सुर्खियों का विषय बनया रहा वा, कदे किसी कारण करके तो कदे किसी कारण करके। सो अज एक नवा ही मामला सामने आता वा गुरदासपुर सिविल अस्पताल तो, कि जिथे हर एक डॉक्टर ने अपने दरवाजे के बाहर खिड़की के बाहर एक फ्लैक्स बोर्ड ला दिता, एक पोस्टर ला दिता वा कि सरकारी हस्पताल दे विच किसी भी मीडियाकर्मी आना सख्त मना वा। सो जेकर मीडिया नू ही सख्त मना वा तो फिर मीडिया इन्हां दे जिहड़े कारनामे आ वो किस तरह जनतक कर सकेगा। सो इस दे डर तो ही गुरदासपुर सिविल अस्पताल ने ये अपने बाहर बोर्ड ला दिते ने। सो किते ना किते देखा जाए तो अपनियां ही गलतियां छुपाण वास्ते ये सारा कुछ सिविल अस्पताल गुरदासपुर वालों किया गया। सो दूजे पासे सिविल सर्जन जो गल की तो उन्होंने कहा कि इस जिहड़े पोस्टर लगे ने इन्हां नूं जल्दी ही मैं कमरिया तो हटा देवांगा, मैनूं अजे इसकी जानकारी नहीं। एशिया की सब तो वड्डी लोहा नगरी मंडी गोबिंदगढ़ विखे आल इंडिया रीरोलर एसोसीएशन वालों एक फैसला लिया गया है कि आए दिन जेड़े पीएनजी गैस के दाम बढ़ते जा रहे हैं वो मद्देनज़र जिहड़ियां सारी मिल हैगियां ने वो दो दिन की स्ट्राइक पर चली गई ने। उन्हां दा कहना है कि आए दिन जेड़े ने गैस जिहड़ी एजेंसियां ने वो अपनी मनमानियां कर रही ने, ते आए दिन जेड़े है जेड़े दाम ने वो बढ़ांदियां जा रही ने, जिस नाल जेड़ा है इंडस्ट्री ते काफ़ी असर पै रहा, क्योंकि मंडी गोबिंदगढ़ की ज़्यादातर जी इंडस्ट्री आ वो हुण पी एन जी गैस से चलन लग गई है, जिस करके जी इंडस्ट्री इसका खामियाजा जड़ा है भुगतना पै रहा है। जिस के मद्देनज़र जी इंडस्ट्रियलिस्ट वालों आल इंडिया स्टील रीरोलर एसोसीएशन वालों ये फैसला लिया गया कि वो दो दिन की स्ट्राइक पर ने, ताकि जी एक चेतावनी जी गैस एजेंसियों दी जा सके। जेकर गैस एजेंसियां इन दो दिन इसका कोई ढुकमा हल नहीं कर दियाँ तो जी हड़ताल है वो होर लंबी हो सकती है, जिस नाल मंडी गोबिंदगढ़ की इंडस्ट्री से संकट के बादल छा सकते हैं। अपनी मांगों को लेकर एक बार फिर किसानों ने हल्ला बोल दिया है और आज सिरसा के नेहरू पार्क में सैकड़ों की संख्या में किसान एकत्रित हुए और सरकार के खिलाफ जमकर रोष प्रदर्शन किया। उसके बाद किसानों ने शहर में ट्रैक्टर ट्राली से रोष मार्च निकालते हुए सिरसा के लघु सचिवालय पहुंच गए, जहां पे उन्होंने धरना दे दिया। किसान नेता लखविंदर सिंह का कहना था कि सरकार उनकी मांगों की ओर कोई ध्यान नहीं दे रही है। उन्होंने कहा कि साल 2020-2021 के अभी बीमा क्लेम की राशि बकाया है, वहीं अभी बरसात के कारण और जल भराव के कारण जो फसलें खराब हो चुकी हैं उनकी विशेष गिरदारी नहीं करवाई जा रही। इन्हीं तमाम मांगों को लेकर एक बार फिर किसान रोषित हैं। मीडिया से बातचीत करते हुए किसान नेता लखविंदर सिंह ने कहा कि सरकार जल्द से जल्द 2020 और 2021 का बकाया बीमा क्लेम की राशि उपलब्ध करवाए, वह
खराब हुई फसलों की विशेष गिरदावरी करवाई जाए ताकि किसानों को आगामी फसल की बुआई के लिए सुविधा मिल सके। खबर जलंधर की दिखाई जा रही है। जेकर अज गल करिए मैंबर पार्लीमेंट जड़े है संतोख सिंह चौधरी उन्हां वल्लों एक जलंधर के सिविल होस्पिटल का खास करके दौरा किया गया क्योंकि तुहानू दस दईए कि गर्मी के मौसम करके जिहड़ा डेंगू की बीमारी लगातार फैलती जा रही है ते इस दे संबंध विच अज जिहड़ा हैगा जलंधर के पार्लीमेंट जिहड़े हैगे आ संतोख सिंह चौधरी उन्हां वल्लों एक सिविल होस्पिटल जलंधर का दौरा किया गया अते उत्थे ही डेंगू के जिहड़े मरीज हन उन्हां नाल गलबात भी की गई अते उन्हां नूं उन्हां दे हाल चाल बारे भी पुछया गया अते जिहड़े सिविल होस्पिटल दीआं दवाईआं वगैरह बारे भी पुछया गया अते उत्थे ही संतोख सिंह चौधरी वल्लों आम आदमी पार्टी की सरकार से भी सवाल चके गए अते उन्होंने कहा कि जदों की सरकार आई है उदों दे सिर्फ वादे ही किए जा रहे हैं। जेकर गल करिए जलंधर के सिविल होस्पिटल के जिहड़े डॉक्टर ने उन्हां दीआं तनखाहां जिहड़ीआं रुकीआं होईआं ने जिस करके कई बार डॉक्टरां नूं जिहड़ा हड़ताल भी करनी पई पर हजे तक भी जिहड़ी आम आदमी पार्टी की सरकार ने कोई भी इस बारे विचार नहीं किया अते इसलिए उन्होंने कहा कि जेकर अज मैं इत्थे दौरा किया है अते उत्थे ही मैं सरकार तो मंग भी करदा हाँ कि जिहड़े डॉक्टर दिन रात ड्यूटी करते हैं उन्हां दीआं जिहड़ीआं तनखाहां हन उन्हां नूं जल्द टाइम सिर दित्तियां जाण तां कि वह अपना काम जिहड़ा हैगा वधिया ढंग दे नाल कर सकन अते उत्थे ही उन्होंने कहा कि असीं भी जल्दी ही सरकार दे नाल इक मुलाकात करांगे लैटर भी लिखांगे अते उन्हां तों मंग भी करांगे कि जिहड़े डॉक्टर दिन रात ड्यूटी करते हैं अते लोकां दी देखभाल करते हैं उन्हां दीआं जिहड़ीआं तनखाहां हन उन्हां नूं रोकिया ना जावे उन्हां नूं टाइम दे टाइम दित्ता जावे क्योंकि जेकर डॉक्टरां दीआं तनखाहां नहीं आउणगीआं तां डॉक्टर काम किस तरह करनगे। हुण इह देखणा होवेगा कि संतोख सिंह चौधरी दे जिहड़े इस बयान ते जिहड़ी सरकार है आम आदमी पार्टी दी उह किन्ना क विचार करदी है।